ਸਮਾਜ ਵਿੱਚ ਰਹਿਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ। ਇਹਨਾਂ ਨਿਯਮਾਂ ਵਿੱਚੋਂ ਇੱਕ ਨਿਯਮ ਜਿਸ ਰਾਹੀਂ ਸਮਾਜ ਨੂੰ ਦੱਸਣਾ ਪੈਂਦਾ ਕਿ ਕੋਈ ਇਸਤਰੀ ਪੁਰਸ਼ ਇੱਕੋ ਛੱਤ ਥੱਲੇ ਰਹਿਣ ਲਈ ਤਿਆਰ ਹਨ, ਪਤੀ ਪਤਨੀ ਦਾ ਰਿਸ਼ਤਾ ਅਖਵਾਉਂਦਾ। ਸਮਾਜ ਜਾਂ ਕਾਨੂੰਨ ਦੀ ਪਾਲਣਾ ਕਾਰਨ ਹੀ ਪਤੀ ਪਤਨੀ ਦੇ ਰਿਸ਼ਤੇ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ, ਪਰ ਅੱਜ ਬਹੁਤੇ ਪਤੀ ਪਤਨੀਆਂ ਦੀ ਆਪਸ ਵਿੱਚ ਨਹੀਂ ਬਣਦੀ। ਦੋਵੇਂ ਇੱਕ ਦੂਜੇ ਦੀਆਂ ਸਰੀਰਕ ਲੋੜਾਂ ਲਈ ਤਾਂ ਨਾਲ ਰਹਿੰਦੇ, ਪਰ ਮਾਨਸਿਕ ਪੱਖੋਂ ਕੋਲ ਰਹਿ ਕੇ ਵੀ ਦੂਰ। ਮਨ ਦੀਆਂ ਦੂਰੀਆਂ ਨੇ ਹੀ ਪਤੀ ਪਤਨੀ ਦੇ ਰਿਸ਼ਤੇ 'ਚ ਬਹੁਤ ਵੱਡਾ ਫਾਸਲਾ ਪੈਦਾ ਕਰਤਾ। ਦੋਵੇਂ ਸਮਾਜ ਅੱਗੇ ਜ਼ਾਹਰ ਕਰਦੇ ਕਿ ਉਹਨਾਂ 'ਚ ਬਹੁਤ ਪਿਆਰ ਸਤਿਕਾਰ, ਪਰ ਅੰਦਰੋਂ ਅੰਦਰੀ ਮਹਾਭਾਰਤ ਚੱਲਦੀ ਹੀ ਰਹਿੰਦੀ। ਦੋਵੇਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਲੱਭਣ 'ਚ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਦੇ, ਅਤੇ ਜਦ ਵੀ ਮੌਕਾ ਮਿਲਦਾ ਇਕੱਠੀ ਕੀਤੀ ਜਾਣਕਾਰੀ ਦੇ ਸਿਰ 'ਤੇ ਇੱਕ ਦੂਜੇ ਨੂੰ ਜਲੀਲ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਹਰ ਪਤੀ ਪਤਨੀ ਇੱਕ ਦੂਜੇ ਨੂੰ ਕੰਟਰੋਲ ਕਰਨ 'ਚ ਲੱਗੇ ਅਤੇ ਚਾਹੁੰਦੇ ਕਿ ਦੂਜਾ ਉਸਦੇ ਇਸ਼ਾਰਿਆਂ 'ਤੇ ਨੱਚੇ। ਹਰ ਪਤੀ ਪਤਨੀ ਇੱਕ ਦੂਜੇ ਕੋਲੋਂ ਸੁੱਖ ਲੈਣਾ ਚਾਹੁੰਦੇ, ਦੇਣ ਲਈ ਕੋਈ ਤਿਆਰ ਨਹੀਂ, ਮੰਗਤਾ ਮੰਗਤੇ ਅੱਗੇ ਹੱਥ ਅੱਡੀ ਬੈਠਾ। ਸਮਾਜਿਕ ਤੌਰ 'ਤੇ ਵੇਖਿਆ ਜਾਵੇ ਤਾਂ ਪਤੀ ਪਤਨੀ ਦੀ ਨਾ ਬਣਨ ਦੇ ਕਈ ਕਾਰਨ ਮਿਲ ਜਾਂਦੇ। ਕਿਸੇ ਦੀ ਆਪਸ 'ਚ ਇਸ ਕਰਕੇ ਨਹੀਂ ਬਣਦੀ ਕਿ ਉਹਨਾਂ ਦਾ ਵਿਆਹ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੋਇਆ, ਕਿਸੇ ਦੀ ਇਸ ਕਰਕੇ ਨਹੀਂ ਬਣਦੀ ਕਿ ਉਸਦੇ ਜੀਵਨ ਸਾਥੀ ਦੀ ਕਮਰ ਕਮਰਾ ਹੋ ਗਈ, ਅਤੇ ਕਿਸੇ ਦੀ ਇਸ ਕਰਕੇ ਕਿ ਉਸਦੇ ਰਿਸ਼ਤੇਦਾਰਾਂ ਨੂੰ ਉਸਦਾ ਜੀਵਨ ਸਾਥੀ ਚੰਗਾ ਨਹੀਂ ਸਮਝਦਾ, ਕਿਸੇ ਦੀ ਇਸ ਕਰਕੇ ਕਿ ਉਸਦਾ ਜੀਵਨ ਸਾਥੀ ਉਸ ਨੂੰ ਸਮਾਂ ਨਹੀਂ ਦਿੰਦਾ, ਅਤੇ ਕਿਸੇ ਦੀ ਇਸ ਕਰਕੇ ਕਿ ਸਿਵਾਏ ਸਮੇਂ ਤੋਂ ਇਸ ਨੇ ਜ਼ਿੰਦਗੀ 'ਚ ਹੋਰ ਕੁਝ ਨਹੀਂ ਦਿੱਤਾ। ਜੇ ਸਾਈਕੋਲੋਜੀਕਲੀ ਵੇਖਿਆ ਜਾਵੇ ਤਾਂ ਪਤੀ ਪਤਨੀ ਇੱਕ ਅਜਿਹਾ ਰਿਸ਼ਤਾ ਜਿਸ ਵਿੱਚ ਬੇਕਸੂਰ ਨੂੰ ਸਜ਼ਾ ਮਿਲਦੀ। ਉਦਾਹਰਨ ਵਜੋਂ, ਕੋਈ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਹਾਲਾਤ ਕਾਰਨ ਬਣੇ ਨਹੀਂ ਹੋ ਸਕਿਆ, ਪਰ ਜਿਸ ਦੇ ਨਾਲ ਹੋਇਆ ਉਸ ਨੂੰ ਇਸੇ ਕਾਰਨ ਸਜ਼ਾ ਦੇਵੇ ਕਿ ਉਸ ਨਾਲ ਉਸਦਾ ਵਿਆਹ ਕਿਉਂ ਹੋਇਆ, ਤਾਂ ਬਿਨਾਂ ਕਸੂਰ ਹੀ ਕਿਸੇ ਨੂੰ ਸਜ਼ਾ ਮਿਲੀ। ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਨਾ ਖਤਮ ਹੋਣ ਵਾਲੀ ਪਤੀ ਪਤਨੀ ਦੀ ਜੰਗ ਸ਼ੁਰੂ ਹੋ ਜਾਂਦੀ, ਅਤੇ ਜੰਗ ਵੀ ਐਸੀ ਜਿਸ ਵਿੱਚ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ। ਦੋਵੇਂ ਇੱਕ ਦੂਜੇ 'ਤੇ ਮਾਲਕੀਅਤ ਕਰਨ ਦੀ ਕੋਸ਼ਿਸ਼ ਕਰਦੇ। ਇੱਕ ਦੂਜੇ 'ਤੇ ਮਾਲਕੀਅਤ ਕਰਨ ਨਾਲ ਪਤੀ ਪਤਨੀ ਦਾ ਰਿਸ਼ਤਾ ਨਹੀਂ ਨਿਭਦਾ। ਇਹੀ ਕਾਰਨ ਕਿ ਬਹੁਤੇ ਪਤੀ ਪਤਨੀ ਦੀ ਨਫ਼ਰਤ ਇੰਨੀ ਦੂਰ ਤੱਕ ਪਹੁੰਚ ਜਾਂਦੀ ਕਿ ਤਲਾਕ ਹੋ ਜਾਂਦਾ, ਅਤੇ ਜਾਂ ਸਿਰਫ ਸਮਾਜ 'ਚ ਨੱਕ ਰੱਖਣ ਕਾਰਨ ਉਹ ਇੱਕ ਦੂਜੇ ਤੋਂ ਤਲਾਕ ਵੀ ਨਹੀਂ ਲੈਂਦੇ ਕਿ ਲੋਕ ਕੀ ਕਹਿਣਗੇ, ਪਰ ਇੱਕ ਦੂਜੇ ਨੂੰ ਦੂਜੇ ਚੌਥੇ ਦਿਨ ਅਹਿਸਾਸ ਕਰਾ ਦਿੰਦੇ ਕਿ ਉਹ ਇੱਕ ਦੂਜੇ ਨਾਲ ਸਿਰਫ ਬੱਚਿਆਂ ਕਾਰਨ ਹੀ ਰਹਿ ਰਹੇ। ਹਰ ਕੁੜੀ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਚਾਹੀਦਾ ਅਤੇ ਹਰ ਮੁੰਡੇ ਨੂੰ ਪਰੀ ਵਰਗੀ ਪਤਨੀ ਚਾਹੀਦੀ, ਪਰ ਜ਼ਰੂਰੀ ਨਹੀਂ ਕਿ ਬਾਹਰੋਂ ਸੋਹਣੀ ਸੂਰਤ ਵਾਲੇ ਦੀ ਸੀਰਤ ਵੀ ਚੰਗੀ ਹੋਵੇ। ਅਜਿਹੇ ਬਹੁਤੇ ਰਾਜਕੁਮਾਰ ਵਰਗੇ ਪਤੀ ਹਰ ਰੋਜ਼ ਨਸ਼ਾ ਕਰਕੇ ਆਪਣੀ ਪਤਨੀ ਕੁੱਟਦੇ, ਅਤੇ ਪਰੀ ਵਰਗੀ ਪਤਨੀ ਆਪਣੇ ਪਤੀ ਦੇ ਨੱਕ 'ਚ ਦਮ ਕਰਦੀ। ਡਿਜ਼ਾਇਰ ਕਰਨ ਨਾਲ ਕੁਝ ਨਹੀਂ ਮਿਲਦਾ, ਮਿਲਦਾ ਉਹੀ ਜੋ ਇਨਸਾਨ ਡਿਜ਼ਰਵ ਕਰਦਾ। ਇਹ ਵੰਨ ਸੁਵੰਨੇ ਮੂੰਹ ਬਣਾ ਕੇ ਵੰਨ ਸੁਵੰਨੀਆਂ ਜਗ੍ਹਾ 'ਤੇ ਸੈਲਫੀਆਂ ਲੈਂਦੇ ਪਤੀ ਪਤਨੀ ਦਾ ਅਸਲੀ ਚਿਹਰਾ ਨਹੀਂ। ਇਹ ਚਿਹਰਾ ਤਾਂ ਸਮਾਜ ਨੂੰ ਵਿਖਾਉਣ ਲਈ ਬਣਾਇਆ। ਇਹ ਹੱਸਦੇ ਹੋਏ ਚਿਹਰੇ ਪਤਾ ਨਹੀਂ ਕਿੰਨਾ ਕੁ ਦਰਦ ਛੁਪਾ ਕੇ ਬੈਠੇ। ਇਹੀ ਕਾਰਨ ਕਿ ਬਹੁਤੇ ਪਤੀ ਪਤਨੀ ਦੀ ਜ਼ਿੰਦਗੀ 'ਚ ਇੱਕ ਦੂਜੇ 'ਤੇ ਰੋਣੇ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ। ਦੋਵੇਂ ਆਪੋ ਆਪਣੀਆਂ ਜ਼ਰੂਰਤਾਂ ਵਾਸਤੇ ਇੱਕ ਦੂਜੇ ਨਾਲ ਬੱਝੇ। ਅਸਲ 'ਚ ਪਤੀ ਪਤਨੀ ਨੇ ਇੱਕ ਦੂਜੇ ਨੂੰ ਕਦੇ ਸੁਤੰਤਰਤਾ ਦੇਣੀ ਸਿੱਖੀ ਹੀ ਨਹੀਂ, ਹਮੇਸ਼ਾ ਇੱਕ ਦੂਜੇ 'ਤੇ ਸ਼ੱਕ ਹੀ ਕੀਤਾ। ਚੰਗੇ ਕੱਪੜੇ ਪਾ ਲਓ ਤਾਂ ਸ਼ੱਕ, ਫੋਨ 'ਤੇ ਜ਼ਿਆਦਾ ਦੇਰ ਗੱਲ ਕਰ ਲਓ ਤਾਂ ਸ਼ੱਕ, ਘਰ ਟਾਈਮ ਸਿਰ ਨਹੀਂ ਪਹੁੰਚੇ ਤਾਂ ਸ਼ੱਕ, ਕੋਈ ਆਪਣੇ ਜਾਣਕਾਰ ਜਾਂ ਅਣਜਾਣ ਨਾਲ ਦੋ ਪਲ ਗੱਲ ਕਰ ਲਏ ਤਾਂ ਸ਼ੱਕ, ਕੋਈ ਰਾਤ ਦੀ ਡਿਊਟੀ ਕਰਦਾ ਤਾਂ ਉਸ 'ਤੇ ਹਮੇਸ਼ਾ ਹੀ ਸ਼ੱਕ। ਇਸ ਸ਼ੱਕ ਨੇ ਵੀ ਪਤੀ ਪਤਨੀ 'ਚ ਅਣਬਣ ਪੈਦਾ ਕਰਤੀ। ਬਹੁਤੇ ਪਤੀ ਪਤਨੀ ਕੋਲੋਂ ਇੱਕ ਦੂਜੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ। ਪਤੀ ਦੁਖੀ ਤਾਂ ਪਤਨੀ ਉਸ ਨਾਲ ਹਮਦਰਦੀ ਕਰ ਸਕਦੀ, ਪਤਨੀ ਰੋਂਦੀ ਤਾਂ ਪਤੀ ਚੁੱਪ ਕਰਾ ਸਕਦਾ, ਪਰ ਜੇ ਪਤੀ ਜਾਂ ਪਤਨੀ ਖੁਸ਼ ਤਾਂ ਇੱਕ ਦੂਜੇ ਦੇ ਮਨ 'ਚ ਸ਼ੱਕ ਜ਼ਰੂਰ ਪੈਦਾ ਹੁੰਦਾ ਕਿ ਇਹ ਕਿਉਂ ਇੰਨਾ ਖੁਸ਼। ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਹੋਣਾ ਅਸੀਂ ਕਦੀ ਸਿੱਖਿਆ ਹੀ ਨਹੀਂ। ਇਹੀ ਕਾਰਨ ਕਿ ਪਤੀ ਪਤਨੀ ਦੂਸਰਿਆਂ ਦੇ ਸਾਸ 'ਚ ਖੁਸ਼ ਰਹਿੰਦੇ, ਪਰ ਇੱਕ ਦੂਜੇ ਦੀ ਸੰਗਤ 'ਚ ਉਹਨਾਂ ਨੂੰ ਜ਼ਿੰਦਗੀ ਬੋਰਿੰਗ ਲੱਗਦੀ। ਕਾਰਨ ਰੋਜ਼ ਉਹੀ ਲੜਾਈ ਝਗੜਾ, ਤੂੰ ਤੂੰ ਮੈਂ ਮੈਂ। ਹਫ਼ਤਾ 10 ਦਿਨ ਪਤਨੀ ਪੇਕੇ ਚਲ ਜੇ ਤਾਂ ਪਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ। ਉਹ ਪਤੀ ਫਿਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦਾ, ਮਰਜ਼ੀ ਨਾਲ ਉੱਠਦਾ, ਮਰਜ਼ੀ ਨਾਲ ਖਾਂਦਾ, ਮਰਜ਼ੀ ਨਾਲ ਸੌਂਦਾ, ਪਰ ਪਤਨੀ ਦੇ ਵਾਪਸ ਆਉਂਦਿਆਂ ਹੀ ਫਿਰ ਘਰ ਘਰ ਨਹੀਂ ਸੁਧਾਰ ਘਰ ਬਣ ਜਾਂਦਾ। ਹਰ ਪਤਨੀ ਆਪਣੇ ਪਤੀ ਨੂੰ ਸੁਧਾਰਨ 'ਚ ਲੱਗੀ। ਹੌਲੀ ਹੌਲੀ ਪਤੀ ਆਪਣੇ ਆਪ ਨੂੰ ਇਨਸਾਨ ਘੱਟ ਅਤੇ ਮਸ਼ੀਨ ਵੱਧ ਸਮਝਣ ਲੱਗਦਾ। ਉਸ ਗੁਲਾਮ ਪਤੀ ਨੂੰ ਘਰ ਅਤੇ ਘਰਵਾਲੀ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ। ਇਹਨਾਂ ਸਤਾਏ ਹੋਏ ਪਤੀਆਂ ਕਾਰਨ ਹੀ 27 ਜੂਨ ਨੂੰ ਇੰਟਰਨੈਸ਼ਨਲ ਹਸਬੈਂਡ ਡੇ ਮਨਾਇਆ ਜਾਂਦਾ। ਤਰੀਕ ਵੀ ਖਾਸ ਚੁਣੀ ਗਈ, 27 ਜੂਨ, ਮਤਲਬ ਇਹਨਾਂ ਪਤੀਆਂ ਦੀ ਜੂਨ ਹੀ 27 ਹੋਈ। ਦੂਜੇ ਪਾਸੇ ਕਈ ਪਤੀਆਂ ਨੇ ਵੀ ਆਪਣੀਆਂ ਪਤਨੀਆਂ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾ ਕੇ ਜੀਣਾ ਹਰਾਮ ਕੀਤਾ, ਅਤੇ ਆਪਣੀ ਮਰਜ਼ੀ ਨਾਲ ਪਤਨੀ ਨੂੰ ਨਿਰਜੀਵ ਵਸਤੂ ਵਾਂਗ ਵਰਤਦੇ, ਜਦ ਚਾਹੇ ਪਿਆਰ ਕਰ ਲਿਆ, ਜਦ ਚਾਹੇ ਮਾਰ ਕੁਟਾਈ ਕਰ ਲਈ। ਪਤੀ ਪਤਨੀ ਰਹਿੰਦੇ ਇੱਕ ਦੂਜੇ ਨਾਲ,
पर बहुते पति पत्नी के ख्यालों कोई तीसरा वसया हुंदा, तीसरा भी पति पत्नी के रिश्ते परवान नहीं चढ़न देंदा। बहुते बीते हुए समय दी यादां च जी रहे हुंदे कि काश इदां ना हुंदा, जां आउण वाले समय नूं सोच रहे हुंदे कि काश इदां हो जाए। वर्तमान च अजिहे लोकां ने जीना सिख्या ही नहीं। यही कारण कि पति पत्नी एक दूजे के कोल हो के भी दूर हो गए, एक दूजे के नज़दीक होने कारण ही इन्हां दी जिंदगी नीरस हो चुकी। अखां सूरज चंद तारे वेखदियां, पर जे अख च कुछ पै जाए तां अख नहीं वेख सकदी, दूसरे का सहारा लैना पैंदा। दूजे नूं वेखण लई कुछ दूरी जरूर चाहीदी। किताब नूं पढ़ना तां अखां ते किताब च कुछ दूरी चाहीदी। जे किताब नूं सीधे अखां ते रख लिया जावे तां पढ़ना तां दूर, कुछ दिसना भी बंद होजू। यही कारण कि पति पत्नी बहुत नज़दीक होण कारण ही एक दूजे दीआं अखां च रड़कदे। जो वस्तु इंसान तो दूर, उस विच इंसान का पूरा रस हुंदा, उही वस्तु मिल जाण तो बाद रस खत्म हो जाता। रस हमेशा दूरी च हुंदा। जो स्वाद भोजन की पहली बुरकी चाहता आखिरी च नहीं, जो गाना पहली बार सुनने च मज़ा आता चौथी पंजवीं बार सुनने ते नहीं। यही कारण कि प्रेमी विआह तो पहला एक दूजे वास्ते मरन लई तैयार हुंदे, कारण सिर्फ दूरी। ते विआह तो बाद उही प्रेमी जोड़ा एक दूजे नूं मरन लई तैयार हुंदा, उही इंसान जिस दे लई घर वालियां दी वी परवाह नहीं कीती, भैन भरावां दी वी नहीं मन्नी। एक दिन अहसास हुंदा कि जिस दे लई सब कुछ छड्डिया, अज उही इंसान नेड़े हो के भी दूर हो गया। तो दूरी कारण छड़े हुए माता पिता भैन भरावां च रस फिर पैदा हो जाता। मनुखी फितरत, दूर पई चीज़ नेड़े आ जाए तो रस खत्म हो जाता, तो उही रस दूसरी दूर पई चीज़ वल हो जाता। इसका यह मतलब नहीं कि पति पत्नी नूं अड्डो जाना चाहिए। जे पति पत्नी नेड़े रह के भी दूर हो सकते तो दूर रह के भी नेड़े हो सकते। पति पत्नी नैगटिव पॉजिटिव दो तारा वाग, जे दोवें तारा सही काम कर रही तां ही दोवां दे मिलन नाल जिंदगी दा करंट पैदा हो। जे दोवें तारा चो एक तार भी स्पार्क कर दी तां दूजी तार दी हालत भी माड़ी होजू। पति पत्नी दा रिश्ता बनाउणा बहुत सौखा पर निभाउणा बहुत औखा। जे पति गुस्से च, गुस्सा पत्नी ते कड्डू। जे पत्नी गुस्से च, गुस्सा जां तां भांड्यां ते निकलू जां बच्चियां ते। पति पत्नी दा रिश्ता निभाउण लई एक दूजे दी साइकोलॉजी समझनी बहुत जरूरी। जे पति गुस्से च, पत्नी नूं शांत हो जाना चाहिदा। जे पत्नी दा मूड सही नहीं, पति नूं चुप रहना चाहिदा। जे एक दे हंकार दा ज्वालामुखी फट रहा, दूजे नूं बर्फ बन जाना चाहिदा। इस लई पति पत्नी दा रिश्ता निभण च एक समान गुण नहीं, सगों उल्ट गुण सहाई सिद्ध हुंदे। किस गुण की वरतों कदों कित्थे ते किस तरह करनी, जे इन्नी को खेड समझ आ जाए तो पति पत्नी एक दूजे लई सारी उम्र बॉयफ्रेंड गर्लफ्रेंड जा बेस्ट फ्रेंड बन सकते, ते बड़े मान नाल कह सकते कि मेरा जीवन साथी ही मेरी प्रेरणा। इसलिए पति पत्नी की अनबन उदों ही खत्म हो सकती जब पति पत्नी एक दूजे नूं कंट्रोल करन दी बजाए गुलाम बनाउण दी बजाए जा घर नूं सुधार घर बनाउण दी बजाए एक दूजे ते विश्वास ते सुतंत्रता देनी सीखणगे। दूजे नूं जबरदस्ती अपने अनुसार ढालना प्यार नहीं, जुल्म। दूजा जिहो जिहा उस हालत उस नूं पसंद करना ही असली प्यार। एक दूजे नूं उस दीआं चंगीआं माड़ीआं आदतां जरूर दसो, पर दसण दा तरीका प्यार भरिया होना चाहीदा। जे उस इंसान नूं तुहाडा तरीका पसंद आऊ तां उस दीआं बुरीआं आदतां अपने आप ही खत्म होजू। जबरदस्ती करन नाल ही पति पत्नी दे रिश्ते 'च तकरार ते कलेश पिया ही रहिंदा। किसे दे दिल 'च जबरदस्ती प्यार पैदा नहीं कीता जा सकदा, ते ना ही किसी नाल विआह कराउण नाल ओ इंसान प्यार दा हकदार हो जांदा। अपने जीवन साथी नूं कदे भी अपनी सोच दा गुलाम ना बनाओ। गुलामी विच्चों हमेशा नफरत ही पैदा हुंदी, सुतंत्रता विच्चों ही प्यार पैदा हुंदा, ते प्यार मन दी अवस्था दा ना। अजिही अवस्था ते पहुंचिया होया इंसान ना सिर्फ अपने जीवन साथी नूं प्यार करदा, सगों जानदा कि जिद्दां फुल चों महक तां ही आउंदी जे उस दीआं जड़ां दी संभाल कीती जावे। ठीक इसे तरह पति पत्नी दे रिश्ते चों अनबन उदों ही खत्म हुंदी जब दोवें एक दूजे नूं प्यार ते रिश्तेदारां नूं सत्कार देना शुरू करदे। ना ही दोवां चों एक दे पिछे मुड़न नाल रिश्ता निभदा ते ना ही एक दे अगे वधन नाल निभदा। निभदा उदों जब दोवें कदम ना कदम मिला के चलदे।